ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਿੱਖ ਪੰਥਕ ਸਫਾਂ ਦੇ ਵਿੱਚ ਇੱਕ ਬੜੀ ਦੁਖਦਾਈ ਖਬਰ ਪਹੁੰਚੀ ਹੈ ਜੋ ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁਖਾ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਜਿਨ੍ਹਾਂ ਦਾ ਕੱਠਿਆਂ ਦਾ ਨਾਂ ਆਉਂਦਾ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਜਰਨਲ ਵੈਦਿਆ ਕੋ ਪੂਨੇ ਜਾ ਕੇ ਔਰ ਜਰਨਲ ਵੈਦਿਆ ਦਾ ਕੀਰਤਨ ਸੋਲਾ ਪੜ ਕੇ ਤੇ ਫਾਂਸੀਆਂ ਦੇ ਰਸੇ ਹੱਸ ਕੇ ਗਲਾਂ 'ਚ ਉਹਨਾਂ ਸੂਰਬੀਰ ਯੋਧਿਆਂ ਨੇ ਪਵਾਏ ਅੱਜ ਭਾਈ ਸੁਖਦੇਵ ਸਿੰਘ ਜੀ ਸੁਖਾ ਨਗਰ 16 ਐਫ ਐਫ ਤਹਿਸੀਲ ਸ੍ਰੀ ਕਰਨਪੁਰ ਅਤੇ ਰਾਜਸਥਾਨ ਦੇ ਵਿੱਚ ਜੋ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਬਾਪੂ ਮਹਿੰਗਾ ਸਿੰਘ ਜੀ ਕਾਰਜਲਾਣਾ ਕਰ ਗਏ ਨੇ ਅਸੀਂ ਇੰਟਰਨੈਸ਼ਨਲ ਪੰਥਕ ਦਲ ਯੂਕੇ ਇੰਟਰਨੈਸ਼ਨਲ ਪੰਥਕ ਦਲ ਇਟਲੀ ਅਤੇ ਸਮੁੱਚੀ ਇੰਟਰਨੈਸ਼ਨਲ ਪੰਥਕ ਦਲ ਜਥੇਬੰਦੀ ਵੱਲੋਂ ਭਾਈ ਸੁਖਦੇਵ ਸਿੰਘ ਦੇ ਸੁਖਾ ਜੀ ਦੇ ਸਤਿਕਾਰਯੋਗ ਪਿਤਾ ਬਾਪੂ ਮਹਿੰਗਾ ਸਿੰਘ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹੋਏ ਕੋਟ-ਕੋਟ ਪ੍ਰਣਾਮ ਕਰਦੇ ਹਾਂ ਕਿਉਂਕਿ ਇਹੋ ਜੇ ਸੂਰਬੀਰ ਯੋਧਿਆਂ ਦੇ ਜਨਮ ਦੇਣ ਵਾਲੇ ਦਾ ਸਤਿਕਾਰਯੋਗ ਪਿਤਾ ਜੀ ਸਨ ਪਿਛੇ ਜੇ ਉਹਨਾਂ ਦੇ ਭਾਈ ਸੁਖਦੇਵ ਸਿੰਘ ਸੁਖਾ ਜੀ ਦੇ ਮਾਤਾ ਜੀ ਵੀ ਪਿਛੇ ਜੇ ਚੜ੍ਹਾਈ ਕਰ ਗਏ ਸਨ ਸੋ ਅੱਜ ਬਾਪੂ ਮਹਿੰਗਾ ਸਿੰਘ ਜੀ ਜਿਹੜੇ ਨੇ ਉਹ ਸੰਸਾਰਿਕ ਯਾਤਰਾ ਭੋਗਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਰਾਜੇ ਨੇ ਸੋ ਅਸੀਂ ਛਰਦਾ ਦੇ ਫੁੱਲ ਭੇਟ ਕਰਦੇ ਹਾਂ ਅਤੇ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਕੱਲ ਦੁਪਹਿਰ ਨੂੰ 16 ਐਫ ਐਫ ਨਗਰ ਜਿਹੜਾ ਹੈ ਉਹਨਾਂ ਦਾ 16 ਐਫ ਐਫ ਪਿੰਡ ਨਗਰ ਦੇ ਵਿੱਚ ਕਰਨਪੁਰ ਤਹਿਸੀਲ ਰਾਜਸਥਾਨ ਦੇ ਵਿੱਚ ਉਹਨਾਂ ਦੇ ਕੱਲ ਨੂੰ ਅੰਤਮ ਸੰਸਕਾਰ ਹੋਣੇ ਨੇ ਸੋ ਵੱਧ ਤੋਂ ਵੱਧ ਸੰਗਤਾਂ ਉੱਥੇ ਪਹੁੰਚਣ ਜਿੰਨੀਆਂ ਪਹੁੰਚ ਸਕਦੀਆਂ ਨੇ ਸੋ ਇੰਟਰਨੈਸ਼ਨਲ ਪੰਥਕ ਦਲ ਪਿਛਲੇ ਲੰਮੇ ਸਮੇਂ ਤੋਂ ਜਿੱਥੋਂ ਉਹਨਾਂ ਦੇ ਨਗਰ 'ਚ ਵਰਸੀ ਮਨਾਈ ਜਾਂਦੀ ਹੈ ਅਕਾਲ ਤਖਬਾਦ ਸਾਹਿਬ ਦੇ ਸਾਬਕਾ ਸਿੰਘ ਸਹਿਬਾਨ ਭਾਈ ਜਸਬੀਰ ਸਿੰਘ ਜੀ ਖਾਲਸਾ ਰੋਡੇ ਉਹਨਾਂ ਦੀ ਗਵਾਹੀ ਦੇ ਵਿੱਚ ਪੰਜਾਬ ਤੋਂ ਧਾਰਮਿਕ ਵਿੰਗ ਦੇ ਜਿਹੜੇ ਸਾਡੇ ਮੈਂਬਰ ਨੇ ਉਹ ਪਹੁੰਚਦੇ ਨੇ ਤੇ ਹਮੇਸ਼ਾ ਹੀ ਵਿਦੇਸ਼ਾਂ ਤੋਂ ਵੀ ਕੋਈ ਨਾ ਕੋਈ ਸਿੰਘ ਜਿਹੜੇ ਉੱਥੇ ਪਹੁੰਚਦੇ ਨੇ ਲਗਾਤਾਰ 4-5 ਵਾਰੀ ਦਾਸ ਨੂੰ ਵੀ ਇਸ ਭਾਗ ਸਮਾਪਤ ਹੋਇਆ 9 ਅਕਤੂਬਰ ਨੂੰ ਉਹਨਾਂ ਦੀ ਵਰਸੀ ਤੇ 16 ਐਫਐਫ ਚ ਉਹਨਾਂ ਦੇ ਨਗਰ ਜਾ ਕੇ ਜਿਹੜਾ ਉਸ ਧਰਤੀ ਨੂੰ ਸਜਦਾ ਕਰਨ ਵਾਸਤੇ ਔਰ ਇੰਟਰਨੈਸ਼ਨਲ ਪੰਥਕ ਅਦਾਲ ਨੇ ਪਿਛਲੇ ਕੁ ਸਾਲਾਂ ਚ ਇੰਗਲੈਂਡ ਦੀਆਂ ਸੰਗਤਾਂ ਜਾਂ ਗੁਰਦੁਆਰਿਆਂ ਦੇ ਸਹਿਯੋਗ ਦੇ ਨਾਲ ਉੱਥੇ ਜਾਦਗਰੀ ਗੇਟ ਵੀ ਜਿਹੜਾ ਉਹ ਬਣਾਇਆ ਹੋਇਆ ਹੈ ਸੋ ਬਹੁਤ ਹੀ ਰੱਬੀ ਰੂਹ ਸਨ ਬੜੇ ਪਿਆਰ ਦੇਣ ਵਾਲੇ ਸਤਿਕਾਰਯੋਗ ਬਾਪੂ ਮਹੰਗਾ ਜੀ ਸਨ ਮਹੰਗਾ ਜੀ ਸਨ ਕਿਉਂਕਿ ਜਦੋਂ ਅਸੀਂ ਜਾਇਦਾ ਸੀ ਬੜਾ ਪਿਆਰ ਕਰਦੇ ਸੀ ਸੋ ਇੰਟਰਨੈਸ਼ਨਲ ਪੰਥਕ ਦਲ ਦੇ ਨਾਲ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਦੇ ਨਾਲ ਉਹਨਾਂ ਦਾ ਬੜਾ ਨੇੜੇ ਦਾ ਮੋਹ ਸੀਗਾ ਜਦੋਂ ਵੀ ਕੋਈ ਗੱਲਬਾਤ ਹੋਣੀ ਤੇ ਸਿੰਘ ਸਾਹਿਬ ਨੂੰ ਉਹਨਾਂ ਨੂੰ ਫੋਨ ਜਿਹੜਾ ਉਹਨਾਂ ਨੇ ਕਰ ਦੇਣਾ ਸੋ ਅਸੀਂ ਹਮੇਸ਼ਾ ਹੀ ਉਹਨ ਉਸ ਪਰਿਵਾਰ ਦੀਆਂ ਸੁਆਵਾਂ ਦੇ ਵਿੱਚ ਤਤ ਪਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿਪਾਈ ਸਖਦੇਵ ਸਿੰਘ ਸੁਖਾ ਜੀ ਦੀ ਵਰਸੀ ਦੇ ਉੱਪਰ ਜਿਹੜੀ ਆ ਉਸੇ ਤਰ੍ਹਾਂ ਹੀ ਹਾਜ਼ਰੀ ਜਥੇਬੰਦੀ ਜਿਹੜੀ ਉੱਪਰ ਦੀ ਰਿਆ ਕਰੇਗੀ ਸੋ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਤੇ ਨਾਲ ਹੀ ਸੰਗਤਾਂ ਨੂੰ ਕਹਿੰਦੇ ਹਾਂ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਕੱਲ ਨੂੰ ਦੁਪਹਿਰ ਨੂੰ ਅੰਤਮ ਸੰਸਕਾਰ ਅੰਤਮ ਅਰਦਾਸ ਜਿਹੜੀ ਅੰਤਮ ਸੰਸਕਾਰ ਬਾਪੂ ਜੀ ਦੇ ਜਿਹੜੇ ਉਹ ਹੋਣਗੇ ਔਰ ਅਸੀਂ ਭਾਈ ਸਖਦੇਵ ਸਿੰਘ ਜੀ ਸੁਖਾ ਉਹਨਾਂ ਦੇ ਭਤੀਜਾ ਭੈਰਮਨਦੀਪ ਸਿੰਘ ਜੀ ਉਹਨਾਂ ਦੇ ਨਾਲ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਨਾਲ ਹਾਂ ਔਰ ਹਮੇਸ਼ਾ ਹੀ ਪਰਿਵਾਰ ਦੇ ਨਾਲ ਰਵਾਂਗੇ ਫਿਰ ਇੱਕ ਵਾਰੀ ਸਮੁੱਚੀ ਇੰਟਰਨੈਸ਼ਨਲ ਪੰਥਕ ਦਲ ਜਥੇਬੰਦੀ ਇਟਲੀ ਅਤੇ ਯੂਕੇ ਯੂਕੇ ਵੱਲੋਂ ਉਸ ਸਤਿਕਾਰਯੋਗ ਬਾਪੂ ਦੇ ਚਰਨਾਂ ਤੇ ਸਿਰ ਰੱਖ ਕੇ ਸਜਦਾ ਕਰਦੇ ਹਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ